ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਦਾ ਸਵਾਲ ਸੀ ਠੰਡ ਕਰਕੇ ਦੇਸੀ ਕਿਉਂ ਜਮ ਜਾਂਦਾ ਹੈ ਕੀ ਕੀਤਾ ਜਾਵੇ ਵਾਹਿਗੁਰੂ ਜੀ ਤੁਸੀਂ ਇਸ ਤਰ੍ਹਾਂ ਦਾ ਕਵਰ ਅਖੰਡੀਆਂ ਲੈ ਸਕਦੇ ਹੋ ਜਿਸ ਨਾਲ ਹਵਾ ਨਹੀਂ ਲੱਗਦੀ ਤੇ ਕਿਉਂ ਵੀ ਨਹੀਂ ਜਮਦਾ ਤੇ ਆਪ ਜੀ ਵੇਖ ਸਕਦੇ ਹੋ ਮੈਂ ਜੋਤ ਜਗਾਈ ਸੀ ਪਰ ਬਿਲਕੁਲ ਵੀ ਕਿਉਂ ਨਹੀਂ ਜਮਿਆ ਹੋਇਆ ਜਦ ਵੀ ਮੈਂ ਅਖੰਡ ਦੀਆ ਵਿੱਚ ਕਿਉ ਪਾਉਂਦੀ ਹਾਂ ਉਹਨੂੰ ਪਹਿਲੇ ਗਰਮ ਕਰਕੇ ਚੰਗੀ ਤਰ੍ਹਾਂ ਪਿਘਲਾ ਕੇ ਫਿਰ ਕਵਰ ਕਰ ਦਿੰਦੀ ਆ ਇਸ ਤਰ੍ਹਾਂ ਜਿਸ ਨਾਲ ਹਵਾ ਵੀ ਨਹੀਂ ਲੱਗਦੀ ਜਿਵੇਂ ਸੰਗਤ ਕਈ ਵਾਰੀ ਮੈਸੇਜ ਕਰਦੀ ਹਵਾ ਨਾਲ ਵੀ ਜੋਤ ਬੁਝ ਜਾਂਦੀ ਹੈ ਕਿਉਂ ਜਮਨ ਲੱਗ ਪਿਆ ਹੈ ਠੰਡ ਕਰਕੇ ਉਹ ਬੁਝ ਜਾਂਦੀ ਹੈ ਤੇ ਆਪ ਜੀ ਇਸ ਤਰ੍ਹਾਂ ਦਾ ਕਵਰ ਕਰਕੇ ਉਹਨੂੰ ਰੱਖੋ ਤੇ ਜਿਹੜੀ ਇਹ ਬੱਤੀ ਹੁੰਦੀ ਹੈ ਇਹ ਵੀ ਕਈ ਵਾਰਕ ਸੰਗਤ ਸਵਾਲ ਕਰਦੀ ਹੈ ਅਸੀਂ ਬੱਤੀ ਦੀ ਸੰਭਾਲ ਕਿਵੇਂ ਕਰਨੀ ਹੈ ਆਪ ਜੀ ਇਸ ਤਰ੍ਹਾਂ ਦਾ ਇੱਕ ਬਾਕਸ ਬਣਾ ਲੈਣਾ ਹੈ ਤੇ ਜਦ ਵੀ ਤੁਸੀਂ ਜੋ ਜੋਗਾਉਂਦੇ ਹੋ ਭਾਵੇਂ ਤੁਸੀਂ ਡੇਲੀ ਲਾਂਦੇ ਹੋ ਜਾਂ ਫਿਰ ਐਤਵਾਰ ਨੂੰ ਲਾਂਦੇ ਹੋ ਜੋਤ ਆਪ ਜੀ ਬੱਤੀ ਦੀ ਸੰਭਾਲ ਇਸ ਤਰ੍ਹਾਂ ਬਾਕਸ ਵਿੱਚ ਕਰਨੀ ਹੈ ਜੀ ਤੇ ਜਿਹੜੀ ਸੰਗਤ ਦੇ ਕੋਲ ਦੂਜਾ ਖੰਡ ਦਿਆ ਹੈ ਤੇ ਦੇਸੀ ਕਿਉਂ ਜੰਮ ਰਿਹਾ ਹੈ ਆਪ ਜੀ ਉਹ ਦੇਸੀ ਕਿਉਂ ਨੂੰ ਜਿੱਥੇ ਵੀ ਮਾੜੀ ਜਿਹੀ ਤਕਲੀਫ ਹੈ ਆਪ ਜੀ ਉੱਥੇ ਲਾਵੋ ਤਨਤਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਨਗੇ ਤੇ ਜਿਹੜਾ ਇਹ ਅਖੰਡ ਦਿਆ ਹੈ ਆਪ ਜੀ ਵੇਖ ਸਕਦੇ ਹੋ ਮੈਂ ਬੋਰੋਸਿਲ ਕੰਪਨੀ ਦਾ ਆਂਦਾ ਹੈ ਅਖੰਡ ਦਿਆ ਮੀਡੀਅਮ ਸਾਈਜ਼ ਮੈਂ ਉਹ ਇਸਤੇਮਾਲ ਕਰਦੀ ਹਾਂ ਤੇ ਇਹ ਆਰਾਮ ਨਾਲ 4-5 ਘੰਟੇ ਜਗਦਾ ਹੈ ਜੀ ਆਪ ਜੀ ਇਹ ਵਾਲਾ ਵੀ ਲੈ ਸਕਦੇ ਹੋ Amazon ਤੇ online available ਹੈ ਜਾਂ ਜਿਹੜੀ ਵੀ ਤੁਹਾਡੀ ਨਜ਼ਦੀਕੀ ਮਾਰਕੀਟ ਹੈ ਉੱਥੇ ਹੋਰ ਵੀ ਕੰਪਨੀਆਂ ਦੇ ਵੀ ਆਪ ਜੀ ਨੂੰ ਅਖੰਡ ਦੀਏ ਮਿਲ ਜਾਣਗੇ ਤੇ ਹੋਰ ਕੋਈ ਆਪ ਜੀ ਦਾ ਸਵਾਲ ਹੋਵੇ ਸੰਗਤ ਜੀ ਆਪ ਜੀ ਮੈਨੂੰ ਕਮੈਂਟ ਰਾਹੀਂ ਪੁੱਛ ਸਕਦੇ ਹੋ ਤੇ ਜਿਹੜੀ ਨਵੀਂ ਸੰਗਤ ਜੁੜੀ ਹੈ ਸੰਗਤ ਜੀ ਚੁਪੈਰਾ ਸਾਹਿਬ ਵਿੱਚ ਅਸੀਂ ਪੰਜ ਜਪਜੀ ਸਾਹਿਬ ਦੇ ਪਾਠ ਦੋ ਚੋਪਈ ਸਾਹਿਬ ਦੇ ਪਾਠ ਇੱਕ ਸੁਖਮਨੀ ਸਾਹਿਬ ਦਾ ਪਾਠ ਤੇ 6 ਪੌੜੀ ਅਨੰਦ ਸਾਹਿਬ ਪੜ੍ਹ ਕੇ ਅਸੀਂ ਅਰਦਾਸ ਕਰਦੇ ਹਾਂ ਤੇ ਸੰਗਤ ਇਹ ਵੀ ਕਈ ਵਾਰੀ ਪੁੱਛਦੀ ਹੈ ਕਿ ਅਸੀਂ ਚੋਪੈਰਾ ਸਾਹਿਬ ਕਰੇ ਕਰ ਸਕਦੇ ਹਾਂ ਲਾਈਵ YouTube ਤੇ ਲਗਾ ਕੇ ਹਾਂਜੀ ਤੁਸੀਂ ਬਿਲਕੁਲ ਮੈਂ ਜਦ ਵੀ ਚੋਪੈਰਾ ਕਰਦੀ ਹਾਂ मैं गुरुद्वारा शहीदगंज साहब के लाइव टैलीकास्ट नाल लादी हाँ एतवार बारह तो चार तो मैं अपना चुपैरा साहिब कटती हाँ भी बिल्कुल कट सकते हो ते आप जी ने कड़ा प्रसाद की दे हर वारी तैयार करनी है जब भी चुपैरा साहब कटना है तो देसी घ्यो की जोत जगा जेकर तोत नहीं जगा सकते किसी भी कारण तो कोई गल नहीं जी पर जी कड़ा कड़ा प्रसाद की देग है आप जी वो जरूर तैयार करो पर जेकर तो भी नहीं तैयार कर सकते ਤਾ ਆਪ ਜੀ ਨਜ਼ਦੀਕੀ ਗੁਰਦੁਆਰਾ ਸਾਹਿਬ ਜਾ ਕੇ ਪਰਚੀ ਕਟਾ ਸਕਦੇ ਹੋ ਜੀ ਤੇ ਸੰਗਤ ਐਵੀ ਮੈਸੇਜ ਕਰਦੇ ਨੇ ਕਈ ਵਾਰੀ ਕਿ ਪੰਜ ਦੁਪਹਿਰਾ ਸਾਹਿਬ ਕੱਟ ਲਏ 11 ਚੁਪੈਰਾ ਸਾਹਿਬ ਸੁਖੇ ਸੀ ਉਹ ਵੀ ਅਸੀਂ ਕੱਟ ਲਏ ਪਰ ਅਰਦਾਸ ਪੂਰੀ ਨਹੀਂ ਹੋਈ ਵਾਹਿਗੁਰੂ ਜੀ ਤੁਸੀਂ ਤਾਂ ਤਨ ਬਾਬਾ ਦੀਪ ਸਿੰਘ ਜੀ ਤੇ ਭਰੋਸਾ ਰੱਖੋ ਆਪ ਜੀ ਦੀ ਜਿਹੜੀ ਅਰਦਾਸ ਜਿਹੜੀ ਵੀ ਮਨੋ ਕਾਮਨਾ ਹੈ ਬਾਬਾ ਜੀ ਬਿਲਕੁਲ ਪੂਰੀ ਕਰਨਗੇ ਤੇ ਆਪ ਜੀ ਨੇ ਚੁਪੈਰਾ ਸਾਹਿਬ ਦੀ ਹਾਜ਼ਰੀ ਪਰਦੇ ਰਹਿਣਾ ਹੈ ਕਦੇ ਵੀ ਨਹੀਂ ਛੱਡਣਾ ਤੈਂ ਤੰਦਨ ਬਾਬਾ ਦੀਪ ਸਿੰਘ ਜੀ ਆਪ ਜੀ ਦੀ ਬਾ ਬਿਲਕੁਲ ਵੀ ਨਹੀਂ ਛੱਡਣਗੇ ਜਿਸ ਵੀ ਕਾਰਜ ਲਈ ਤੁਸੀਂ ਜੁਬੈਰਾ ਸਾਹਿਬ ਦੀ ਕੱਟ ਰਹੇ ਹੋ ਵਾਈ ਗੁਰ ਜੀ ਆਪ ਜੀ ਦੀ ਚੋਲੀ ਖੁਸ਼ੀਆਂ ਨਾਲ ਜ਼ਰੂਰ ਪਰਣਗੇ ਤੇ ਬਾਬਾ ਜੀ ਮੇਰੇ ਤੇ ਵੀ ਇਸ ਤਰ੍ਹਾਂ ਕਿਰਪਾ ਬਣਾਏ ਰੱਖਣ ਇਸ ਤਰ੍ਹਾਂ ਪੂਰਾ ਜੀਵਨ ਸਿਮਰਨ ਤੇ ਸੇਵਾ ਵਿੱਚ ਬਤੀਤ ਕਰਾਂ ਤਨ ਤਨ ਬਾਬਾ ਦੀਪ ਸਿੰਘ ਜੀ ਸਰਬੱਤ ਦਾ ਪਲਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੰਗਤ ਜੀ ਹੋਰ ਕੋਈ ਵੀ ਸਵਾਲ ਹੋਵੇ ਆਪ ਜੀ ਕਮੈਂਟ ਰਾਹੀਂ ਮੈਨੂੰ ਪੁੱਛ ਸਕਦੇ ਹੋ ਤਨ ਤਨ ਬਾਬਾ ਦੀਪ ਸਿੰਘ ਜੀ